श्री दरबार साहब पहुंचे वारिस पंजाब के मुख सेवादार भाई अमृतपाल सिंह। मीडिया नाल गलबात करदे हो दस्या कि उन्होंने वालों अज तरन तारण साहब और श्री दरबार साहब नमस्तक होकर गुरु जी को अरदास की है कि 29 तरीक नूं उन्होंने वालों उन्होंने साथियों के वालों एक विशाल मार्च कढ़िया जाएगा तो उस मार्च राही चंडीगढ़ पहुँचे और बंदी सिंगा रिहा करवाने वास्ते हर एक संभव कोशिश करेंगे। इस मौके उन्होंने राम रहीम से भी एक वड्डा बयान दिता की क्या आओ थानू सुनाउंदे आ। अज काफ़ी लंबे समय बाद सतगुरु ने कृपा की तो दर्शन करने का जो सुभाग प्राप्त होया पहले तरन तारण साहब गए सी उत्थे दरबार साहब दर्शन किए फिर इतने आए हैं गुरु साहब की अपार कृपा इतने आके हमेशा ही मन में एक सुकून मिलता तो सतगुरु सच्चे पातशाह की कृपा। देखो मिले ना मिले पर मोर्चे तो लाने चाहिए आपां कोशिश करते रहना चाहिए। 29 तरीक नूं आपां इत्थों काफले के रूप च उत्थे हाजरी भरन जा रहे हैं मोर्चे दे विच ਤਾਂ ਜੋ ਉਸ ਮੋਰਚੇ ਨੂੰ ਜਿਹੜੀ ਉਹਦੀ ਚੜ੍ਹਦੀ ਕਲਾ ਹੋਵੇ ਦੀ ਅਰਦਾਸ ਬੇਨਤੀ ਕਰਕੇ ਆਵਾਂਗੇ। ਰਾਮ ਰਹੀਮ ਨੂੰ ਫਿਰ 40 ਦਿਨ ਦੀ ਪਰੋਲ ਮਿਲੀ ਜੀ ਕਿੱਦਾਂ ਦੇਖੀ ਕਿੱਥੇ ਬੰਦੀ ਸੀ? ਦੇਖੋ ਸਿੱਖ ਨੂੰ ਤਾਂ ਇਹ ਗੱਲ ਪੁੱਛਣੀ ਵੀ ਉਹਨੂੰ ਪਰੋਲ ਮਿਲੀ ਹੈ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਆ। ਅਸੀਂ ਤਾਂ ਇਹ ਸਮਝਦੇ ਹਾਂ ਵੀ ਜਿੰਨਾ ਚਿਰ ਇੱਥੇ ਸਿੱਖਾਂ ਦਾ ਰਾਜ ਨਹੀਂ ਉਨਾ ਚਿਰ ਸਿੱਖਾਂ ਦੇ ਕਾਤਲਾਂ ਨੂੰ ਪਰੋਲਾਂ ਮਿਲਣਗੀਆਂ ਅਤੇ ਸਿੱਖ ਬੰਦੀ ਸਿੰਘਾਂ ਨੂੰ ਜਿਹੜਾ ਸਜ਼ਾ ਪੂਰੀ ਹੋਣ ਦੇ ਬਾਵਜੂਦ ਉਹਨਾਂ ਨੂੰ ਜੇਲ੍ਹਾਂ 'ਚ ਡੱਕ ਕੇ ਰੱਖਿਆ ਜਾਊਗਾ। ਪੁਰਾਣੇ ਬੰਦਿਆਂ ਦੀਆਂ ਜਿੰਨਾ ਸਜ਼ਾਵਾਂ ਪੂਰੀਆਂ ਨੇ ਉਹ ਵੀ ਡੱਕੇ ਹੋਏ ਨੇ ਸਾਡੇ ਅਤੇ ਨਵੇਂ ਨੌਜਵਾਨ ਜੱਗੀ ਜੌਲ ਵਰਗੇ ਹੋਰ ਅਨੇਕਾਂ ਨੌਜਵਾਨ ਜਿਹੜੇ ਨਵੇਂ ਫੜ ਫੜ ਕੇ ਅੰਦਰ ਦੇਈ ਜਾਂਦੇ ਨੇ ਜਿਨ੍ਹਾਂ ਦੇ ਟ੍ਰਾਇਲ ਨਹੀਂ ਸ਼ੁਰੂ ਕਰਦੇ ਪੈਰਵਾਂ ਸਾਲ। ਸੋ ਮੈਨੂੰ ਲੱਗਦਾ ਵੀ ਸਾਡੇ ਸਿਰ 'ਤੇ ਉਹਨਾਂ ਕੁ ਭਾਰੋ ਚੜ੍ਹਾਈ ਜਾਂਦੇ ਆ। ਸਾਨੂੰ ਇਹ ਅੱਜ ਜਿਹੜਾ ਸੰਘਰਸ਼ ਹੈ ਉਹ ਕੇਵਲ ਬੰਦੀ ਸਿੰਘਾਂ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ। ਪੰਜਾਬ ਦਾ ਹਰ ਸੰਘਰਸ਼ ਜਿਹੜਾ ਉਹ ਆਜ਼ਾਦੀ ਵੱਲ ਨੂੰ ਰੁੱਖ ਕਰਦਾ ਹੋਵੇ ਬੰਦੀ ਸਿੰਘ ਵੀ ਸਾਡੇ ਬਾਹਰ ਆਉਣ ਅਤੇ ਹੋਰ ਵੀ ਪੰਜਾਬ ਦੇ ਮਸਲੇ ਜਿਹੜੇ ਉਹ ਹੱਲ ਹੋਣ। ਹਾਂਜੀ ਅਮਰ ਸੰਚਾਰ ਹੋਰ ਕਿਤੇ ਕੀਤਾ ਜਾ ਰਿਹਾ? ਦੇਖੋ ਜੀ ਅਮਰ ਸੰਚਾਰ ਹਰ ਸਮਾਗਮਾਂ 'ਚ ਤਕਰੀਬਨ ਹੁੰਦਾ ਹੈ। ਮਹਾਰਾਜ ਕਿਰਪਾ ਕਰਨਗੇ ਆਪਾਂ ਜਿਹੜਾ ਵਾ ਛੇਤੀ ਅਮਰ ਸੰਚਾਰ ਦੀ ਨਵੀਂ ਤਰੀਕ ਵੀ ਅਨਾਊਂਸ ਕਰਾਂਗੇ।